ਬਹੁਤ ਸਾਰੇ ਬੱਚਿਆਂ ਦੇ ਕਮੈਂਟ ਆ ਰਹੇ ਸੀਗੇ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਇਸ ਤੋਂ ਪਹਿਲਾਂ ਪਾਈ ਸੀ ਕਿ ਸਰ ਸਾਨੂੰ ਮੇਲ ਆ ਰਹੀ ਹੈ ਤੇ ਮੇਲ ਦੇ ਵਿੱਚ 2023 ਜਿਹੜਾ ਹੈਗਾ ਉਹ ਲਿਖਿਆ ਆ ਰਿਹਾ ਤੇ ਆਪਾਂ ਮੇਲ ਜਿਹੜੀ ਹੈਗੀ ਹੈ ਦੋ ਕੈਂਡੀਡੇਟ ਤੋਂ ਮੰਗਾਈ ਜਾਂਦੇ ਆਪਾਂ ਉਹ ਚੈੱਕ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਇਹ ਇੱਕ ਧਿਆਨ ਦੇਣ ਦੇ ਕਿ ਮੇਲ ਸਿਰਫ ਜਿਹੜੇ ਬੱਚੇ ਪਾਸ ਕਰਕੇ ਆਏ ਨੇ ਉਹਨਾਂ ਨੂੰ ਹੀ ਜਿਹੜੀਆਂ ਮੇਲਾਂ ਨੇ ਉਹ ਆਈਆਂ ਨੇ ਸਪੋਜ਼ ਕਰੋ ਤੁਹਾਡਾ ਅੱਜ ਜਿਹੜਾ ਟੈਸਟ ਸੀਗਾ ਤਾਂ ਕੱਲੇ ਦਿਨ ਤੁਹਾਨੂੰ ਜਿਹੜੀ ਹੈਗੀ ਮੇਲ ਉਹ ਆਈ ਹੈ ਜਿਹੜੇ ਬੱਚੇ ਕਲੀਅਰ ਕਰਕੇ ਆਏ ਨੇ ਉਹਨਾਂ ਨੂੰ ਹੀ ਜਿਹੜੀ ਮੇਲ ਹੈ ਉਹ 2023 ਤੱਕ ਉਹ ਆ ਰਿਹਾ ਤਾਂ ਆਪਾਂ ਮੇਲ ਜਿਹੜੀ ਹੈਗੀ ਉਹ ਦੇਖ ਲੈਣੇ ਇੱਕ ਵਾਰੀ ਕੀ ਮੇਲ ਦੇ ਵਿੱਚ ਕੀ ਲਿਖਿਆ ਆ ਰਿਹਾ ਤਾਂ ਇਹ ਜੀ ਜਿਹੜੀ ਹੈਗੀ ਮੇਲ ਉਹ ਆਈ ਹੈ ਉਹ ਸਾਰੇ ਕੈਂਡੀਡੇਟ ਨੂੰ ਜਿਹੜੇ ਵੀ ਬੱਚੇ ਉੱਥੇ ਜਾ ਕੇ ਕਲੀਅਰ ਕਰਕੇ ਆਏ ਨੇ ਨੈਕਸਟ ਡੇ ਉਹਨਾਂ ਨੂੰ ਇਹ ਮੇਲ ਦੇਖਣ ਨੂੰ ਮਿਲੀ ਹੋਣੀ ਡੀਅਰ ਐਪਲੀਕੇਟ ਤੁਹਾਡਾ ਨਾਮ ਹੋਊਗਾ ਉੱਪਰ ਯੂਰ ਐਪਲੀਕੇਸ਼ਨ ਫਾਰ ਕਨਸਟੇਬਲ ਰੀਸਟ੍ਰਿਕਸ਼ਨ ਪੁਲਿਸ ਕੈਂਡੀਡੇਟ 2023 ਹੈਸ ਬੀਨ ਸਬਮਿਟਡ ਸਫਲੀ ਰਿਗਾਰਡ ਪੰਜਾਬ ਪੁਲਿਸ ਦਿਸ ਇਜ਼ ਅ ਸਿਸਟਮ ਜਨਰੇਟਡ ਮੇਲ ਸਿਰਫ ਆਹ ਦੋ ਲਾਈਨਾਂ ਦੀ ਜਿਹੜੀ ਮੇਲ ਹੈ ਉਹ ਆਈ ਹੋਈ ਹੈ ਇਹ ਜਿਹੜੀ ਹੈਗੀ ਸਿਸਟਮ ਜਨਰੇਟਡ ਜਿਹੜੀ ਮੇਲ ਹੈ ਇਹ ਤੇ ਬਾਈ ਮਿਸਟੇਕ ਲਈ ਇੱਥੇ ਕਿਹਾ 2023 ਜਿਹੜਾ ਹੈਗਾ ਉਹ ਲਿਖਿਆ ਹੋਇਆ ਇਹ 2023 ਕਿਉਂ ਕਿਉਂਕਿ ਤੁਸੀਂ ਇਸ ਤੋਂ ਪਹਿਲਾਂ ਵੀ 2023 ਦੇ ਵਿੱਚ ਵੀ ਜਿਹੜਾ ਪੇਪਰ ਹੈ ਉਹ ਦਿੱਤਾ ਹੋਣਾ ਇਹਦਾ ਪੁਲਿਸ ਦਾ ਤੇ ਜਿਹੜੇ ਬੱਚੇ ਨੇ ਸਿਰਫ ਇਸ ਵਾਰ ਹੀ ਫਾਰਮ ਭਰੇ ਸੀ ਕਿ 2024 ਦੇ ਵਿੱਚ ਉਹਨਾਂ ਦੇ 2024 ਹੀ ਲਿਖਿਆ ਆ ਰਿਹਾ ਹੈ ਪਰ ਜਿਹਨਾਂ ਨੇ ਪਹਿਲਾਂ ਵੀ ਫਾਰਮ ਜਿਹੜੇ ਹੈਗੇ ਭਰੇ ਸੀ 2023 ਦੇ ਵਿੱਚ ਉਹਨਾਂ ਦਾ ਐਵੇਂ ਲਿਖਿਆ ਆ ਰਿਹਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਸਿਸਟਮ ਰਿਲੇਟਡ ਮੇਲ ਹੈ ਤੇ ਸੇਮ ਹੀ ਤੁਹਾਨੂੰ ਜਿਹੜਾ ਜਿਹੜਾ ਤੁਹਾਨੂੰ SMS ਆਇਆ ਉਹ ਸਹੀ ਆਇਆ ਹੁਣ ਆ SMS ਉਹ ਵੀ ਮੈਂ ਦਿਖਾ ਦਿੰਨਾ ਕਿ ਇਹ ਕੈਂਡੀਡੇਟ ਨੂੰ ਮੇਲ ਵੀ ਆਈ ਹੈ ਤੁਹਾਨੂੰ ਤੇ SMS ਵੀ ਆਇਆ ਹੈ ਤੇ ਇਹ ਸਭ ਜਿਹੜਾ ਹੈਗਾ ਜਦ ਤੁਸੀਂ ਟ੍ਰਾਇਲ ਕਲੀਅਰ ਕਰ ਦਿੰਨੇ ਹੋ ਜਿਹੜੇ ਵੀ ਟ੍ਰਾਇਲ ਦੇ ਵਿੱਚ ਗਏ ਸੀ ਇਹ ਕੈਂਡੀਡੇਟ ਉਹਨਾਂ ਸਾਰਿਆਂ ਨੂੰ ਇਹ ਜਿਹੜੀ ਹੈਗੀ ਮੇਲ ਤੇ SMS ਆਇਆ ਪਰ ਤੁਹਾਡਾ ਜਿਹੜਾ SMS ਹੈ ਉਹ ਸਹੀ ਹੋਣਾ ਐਸਐਮਐਸ ਤੇ ਮੈਂ ਦਿਖਾ ਦੇਣਾ ਤੁਹਾਨੂੰ ਕਿ ਕੀ ਲਿਖਿਆ ਜਿਹੜਾ ਹੈਗਾ ਉਹ ਆਇਆ ਤੁਸੀਂ ਆਪਣਾ ਵੀ ਜਿਹੜਾ ਹੈਗਾ ਐਸਐਮਐਸ ਉਹ ਚੈੱਕ ਕਰ ਸਕਦੇ ਹੋ ਜਿਹੜਾ ਵੀ ਤੁਹਾਡਾ ਫੋਨ ਨੰਬਰ ਜਦੋਂ ਤੁਸੀਂ ਫਾਰਮ ਭਰੇ ਸੀ ਕਿ ਜਿਹੜਾ ਫੋਨ ਨੰਬਰ ਤੇ ਮੇਲ ਆਈਡੀ ਦਿੱਤੀ ਸੀਗੀ ਉਹਦੇ ਉੱਪਰ ਤੁਹਾਨੂੰ ਇੱਕ ਐਸਐਮਐਸ ਵੀ ਆਇਆ ਹੋਣਾ ਸੇਮ ਡੇਟ ਨੂੰ ਸੇਮ ਟਾਈਮ ਤੇ ਤਾਂ ਉਹ ਵੀ ਤੁਸੀਂ ਇੱਕ ਵਾਰ ਜਿਹੜੀ ਹੈਗੀ ਆ ਉਹ ਚੈੱਕ ਕਰ ਲੈਣਾ ਮੈਂ ਤੁਹਾਨੂੰ ਐਸਐਮਐਸ ਜਿਹੜਾ ਹੈਗਾ ਦਿਖਾ ਦੇਣਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਡੀਅਰ ਕੈਂਡੀਡੇਟ ਯਰ ਸਫਲ ਕੰਪਲੀਟਡ ਦ ਸਬਮਿਸ਼ਨ ਫਾਰਮ ਫॉर ਕਨਸਟੇਬਲ ਕੈਟਰੀ ਵਿਦ ਅਪਲੀਕੇਸ਼ਨ ਨੰਬਰ ਸੀਟੀ0234026 ਐਮੀ ਦਾ ਤੁਹਾਨੂੰ ਜਿਹੜਾ ਹੈਗਾ ਮੇਲ ਵੀ ਆਈ ਹੋਣੀ ਉਹਦੇ ਵਿੱਚ ਕੋਈ 2023 2024 ਜਿਹੜਾ ਹੈਗਾ ਉਹਦੇ ਵਿੱਚ ਕੁਝ ਨਹੀਂ ਲਿਖਿਆ ਹੋਣਾ ਤੇ ਸੇਮ ਟਾਈਮਿੰਗ ਤੇ ਤੁਸੀਂ ਆਪਣਾ ਮੇਲ ਤੇ ਮੈਸੇਜ ਦੋਨੋਂ ਚੈੱਕ ਕਰੋ ਮੇਲ ਜਿਹੜੀ ਹੈਗੀ ਬਾਈ ਮਿਸਟੇਕ 2023 ਉੱਥੇ ਜਿਹੜਾ ਲਿਖਿਆ ਗਿਆ 2024 ਪਰ ਉਹਦੇ ਵਿੱਚ ਐਡਾ ਕੁਝ ਖਾਸ ਹੈ ਨਹੀਂ ਉਹ ਤਾਂ ਹੀ ਹੈ ਵੀ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਸਬਮਿਟਡ ਹੋ ਚੁੱਕੀ ਹੈ ਸਫਲੀ ਸਿਰਫ ਉਸਦਾ ਹੀ ਹੈ ਤਾਂ ਉਹ ਕੋਈ ਐਡੀ ਲੋਡ ਦੇਣ ਵਾਲੀ ਗੱਲ ਨਹੀਂ ਹੈ ਕਿ ਸਾਨੂੰ 2023 ਦਿਖਾ ਰਿਹਾ ਹੈ ਫਿਰ ਗਲਤ ਆ ਰਿਹਾ ਹੈ ਠੀਕ ਹੈ ਜੀ ਇਹ ਤਾਂ ਤੁਹਾਨੂੰ ਜਿਹੜੇ ਵੀ ਕੈਂਡੀਡੇਟ ਕਈ ਸੀਗੇ ਟ੍ਰਾਇਲ ਕਰਕੇ ਆਏ ਨੇ ਉਹਦੇ ਇਹ ਰਿਕਾਰਡਿੰਗ ਜਿਹੜੀ ਹੈਗੀ ਹੈ ਉਹ ਭੇਜੀ ਗਈ ਹੈ। ਏਡਾ ਕੁਝ ਇਹਦੇ ਵਿੱਚ ਖਾਸ ਲਿਖਿਆ ਹੋਈ ਨਹੀਂ ਇਹ ਹੀ ਲਿਖਿਆ ਵੀ ਸਬਮਿਸ਼ਨ ਜਿਹੜੀ ਹੈਗੀ ਹੈ ਔਨਲਾਈਨ ਉਹ ਹੋ ਚੁੱਕੀ ਹੈ ਤਾਂ ਇਹਦੀ ਕੋਈ ਤੁਹਾਨੂੰ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈ। ਜੇਕਰ ਉੱਥੇ 2023 ਵੀ ਲਿਖਿਆ ਆ ਰਿਹਾ ਤਾਂ ਬਾਕੀ ਐਸਐਮਐਸ ਤੁਸੀਂ ਦੇਖ ਲੈਣਾ ਐਸਐਮਐਸ ਤੇ ਜਾਂ ਕੋਈ 2023 2024 ਕੁਝ ਵੀ ਨਹੀਂ ਜਿਹੜਾ ਹੈਗਾ ਉਹ ਲਿਖਿਆ ਆ ਰਿਹਾ ਹੈ ਠੀਕ ਹੈ। ਤੇ ਨੈਕਸਟ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਅੱਜ ਜਿਹੜੇ ਹੈਗੇ ਕੈਂਡੀਡੇਟ ਕਿੰਨੇ-ਕਿੰਨੇ ਜਿਹੜੇ ਕੈਂਡੀਡੇਟ ਨੇ ਆਪ ਪਾਸ ਹੋਏ ਨੇ ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਫਿਰ ਇਸ ਦੇ ਰਿਲੇਟਡ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੈ ਤਾਂ ਨੀਚੇ ਕਮੈਂਟ ਕਰਕੇ ਉਹ ਪੁੱਛ ਸਕਦਾ ਹੈ ਥੈਂਕ ਯੂ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ